হবে চেষ্টাত ওরা পরিবারনু এসা তা মিয়া পিয়ালা করবালি अपनी गल भूल जाए साथियों एक गल का जवाब सुन लेना जिंदा फौज के बीच फौजी अपनी ड्यूटी निभाता है ਉਹਨੂੰ ਤਿਰੰਗੇ ਦੇ ਨਾਲ ਮਾਨ ਸਮਾਨ ਮਿਲਦਾ ਇਸੇ ਤਰ੍ਹਾਂ ਸਫਾਈ ਕੰਮ ਸੇਵਾ ਨਾਲ ਭਾਰਤ ਦੇ ਦੀ ਜਨਤਾ ਨੂੰ ਬਿਮਾਰੀਆਂ ਤੋਂ ਬਚਾਉਂਦਾ ਮਗਰ ਜਦੋਂ ਰਿਟਾਇਰਮੈਂਟ ਦੀ ਆਉਂਦੀ ਹਜ਼ਾਰਾਂ ਬਿਮਾਰੀਆਂ ਲੈ ਕੇ ਆਪਣੇ ਘਰ ਚਲੇ ਜਾਂਦਾ ਇਹਨਾਂ ਸਰਕਾਰਾਂ ਨੂੰ ਸ਼ਰਮ ਚਾਹੀਦੀ ਇਸ ਗਰੀਬ ਪਰਿਵਾਰਾਂ ਦੇ 70 ਸਾਲ ਦੀ ਜਾਨ ਦਾ ਮਤਲਬ ਦੁਰਦਸ਼ਾ ਮਾਰੀ ਆ ਪਰ ਅਸੀਂ ਵੀ ਲਗਨ ਬੰਦੇ ਨਾ ਬਣੀਏ ਇਹਨਾਂ ਕਹਿੰਦਾ ਹੋਇਆ ਮੈਂ ਆਪਣੇ ਭਰਾਵਾਂ ਨੂੰ ਇੱਕ ਚੀਜ਼ ਦੀ ਅਪੀਲ ਕਰਾਂਗਾ ਜੇ ਸ਼ਹਿਰ 'ਚ ਵੀ ਆਇਆ ਛਾਤੀ ਦੇ ਜ਼ੋਰ ਨਾਲ ਲੜੋ ਦੁਨੀਆਂ ਦੇ ਵਿੱਚ ਹੋਰ ਕੱਖ ਨਹੀਂ ਮਿਲਦਾ ਜੈ ਹਿੰਦ ਜੈ ਭਾਰਤ